ਹਾਂਜੀ ਬਿਲਕੁਲ, ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਮਾਰਚ ਦੇ ਐਂਡ ਦੇ ਵਿੱਚ ਵੀ ਸਾਡੇ ਕੋਲ ਇੱਕ ਵੈਸਟਰਨ ਡਿਸਟਰਬੈਂਸ ਆਇਆ ਸੀਗਾ, ਜਿਹਦੇ ਨਾਲ ਕਿ ਕਾਫੀ ਅੱਛੀ ਮਤਲਬ ਮੋਡਰੇਟ ਟੂ ਹੈਵੀ ਰੇਨਫਾਲ ਜਿਹੜੀ ਹੈ ਪੰਜਾਬ ਦੇ ਵਿੱਚ ਰਿਕਾਰਡ ਕੀਤੀ ਗਈ ਸੀ। ਜਿਵੇਂ ਸਾਡੇ ਰਿਕਾਰਡ ਦੇ ਵਿੱਚ ਵੀ ਉਦੋਂ 21 ਮਿਲੀਮੀਟਰ ਤੱਕ ਜਿਹੜੀ ਬਾਰਿਸ਼ ਹੈ ਇੱਕ ਦਿਨ ਦੇ ਵਿੱਚ ਰਿਕਾਰਡ ਕੀਤੀ ਗਈ ਸੀ, ਔਰ ਉਹਦਾ ਵੀ ਜਿਹੜਾ ਕਾਫੀ ਜਗ੍ਹਾ 'ਤੇ ਜਿਹੜਾ ਨੈਗੇਟਿਵ ਇੰਪੈਕਟ ਵੀ ਆਇਆ ਕਿਉਂਕਿ ਕਈ ਜਗ੍ਹਾ 'ਤੇ ਗੜੇ ਵੀ ਪਏ ਸੀਗੇ। ਅਤੇ ਬਾਕੀ ਜੇ ਆਪਾਂ ਪਿਛਲੇ ਟਾਈਮ ਦੀ ਗੱਲ ਕਰਦੇ ਹਾਂ ਤਾਂ ਜਨਵਰੀ ਫਰਵਰੀ ਦੇ ਵਿੱਚ ਸਾਡੇ ਕੋਲ ਬਹੁਤ ਹੀ ਅੱਛਾ ਇਸ ਵਾਰੀ ਵੈਦਰ ਰਿਹਾ। ਜੇ ਜਨਵਰੀ ਦੀ ਗੱਲ ਕਰਦੇ ਹਾਂ ਤਾਂ ਵੀ ਸਾਡੇ ਕੋਲ ਜਿਹੜੇ ਟੈਂਪਰੇਚਰਸ ਨੇ ਉਹ ਨੋਰਮਲ ਤੋਂ ਜਿਹੜੇ ਘੱਟ ਹੀ ਰਹੇ ਨੇ, ਅਤੇ ਬਾਰਿਸ਼ ਵੀ ਆਲਮੋਸਟ ਜਿਹੜੀ ਹੈਗੀ ਆ ਨੀਅਰ ਟੂ ਨੋਰਮਲ ਹੀ ਰਹੀ ਹੈ। ਮਤਲਬ ਅੱਛੀ ਰੇਨਫਾਲ ਸੀਗੀ ਔਰ ਟੈਂਪਰੇਚਰ ਜਿਹੜੇ ਫੇਵਰੇਬਲ ਸੀਗੇ, ਸੋ ਮਤਲਬ ਕਾਫੀ ਬੰਪਰ ਕ੍ਰੋਪ ਜਿਹੜੀ ਹੈ ਵੀਟ ਦੀ ਲੱਗ ਰਹੀ ਸੀ। ਬਟ ਹੁਣ ਜਿਸ ਤਰ੍ਹਾਂ ਫਿਰ ਸਾਨੂੰ 13, 14, 15 ਦਾ ਅਲਰਟ ਆ ਰਿਹਾ ਹੈਗਾ ਕਿ ਜਿਹੜੇ ਮੌਸਮ ਦੇ ਵਿੱਚ ਕੁਛ ਤਬਦੀਲੀ ਆਏਗੀ, ਕਿਉਂਕਿ ਜਿਸ ਤਰ੍ਹਾਂ ਇੱਕਦਮ ਗਰਮੀ ਵੱਧ ਗਈ ਹੈ, ਟੈਂਪਰੇਚਰਸ ਬਹੁਤ ਜਿਵੇਂ 34-35 ਤੱਕ ਵੀ ਟੈਂਪਰੇਚਰ ਰਿਕਾਰਡ ਕੀਤਾ ਜਾ ਰਿਹਾ ਕਈ ਜਗ੍ਹਾ 'ਤੇ, ਅਤੇ ਉਹਦੇ ਨਾਲ ਜਿਹੜਾ ਪ੍ਰੈਸ਼ਰ ਫਾਲ ਹੋ ਰਿਹਾ ਅਤੇ ਇੱਕ ਜਿਹੜਾ ਵੈਸਟਰਨ ਡਿਸਟਰਬੈਂਸ ਆ ਉਹ ਪੰਜਾਬ ਵੱਲ ਨੂੰ ਮੂਵ ਕਰ ਰਿਹਾ, ਸੋ ਜਿਹੜਾ ਉਹਦਾ ਇਫੈਕਟ ਹੈਗਾ 13, 14, 15 ਨੂੰ ਜਿਹੜਾ ਪੰਜਾਬ ਦੇ ਵਿੱਚ ਦੇਖਿਆ ਜਾਏਗਾ, ਔਰ 14 ਨੂੰ ਮਤਲਬ ਕਾਫੀ ਜ਼ਿਆਦਾ ਮਤਲਬ ਉਹਦਾ ਹੈਵੀ ਇੰਪੈਕਟ ਆਏਗਾ, ਔਰ 15 ਨੂੰ ਫਿਰ ਮਤਲਬ ਕਾਫੀ ਹੱਦ ਤੱਕ ਉਹ ਘੱਟ ਜਾਏਗਾ, ਉਹਦਾ ਅਸਰ ਨਹੀਂ ਇੰਨਾ ਹੋਏਗਾ। ਔਰ ਇਹਦੇ ਮੱਦੇਨਜ਼ਰ ਜਿਹੜੀਆਂ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈਗੀ ਆ, ਅਤੇ ਲਾਈਟ ਟੂ ਮੋਡਰੇਟ ਰੇਨਫਾਲ ਹੋਣ ਦੀ ਸੰਭਾਵਨਾ ਹੈ। ਆਪਾਂ ਇਹ ਨਹੀਂ ਕਹਿ ਸਕਦੇ ਕਿ ਬਹੁਤ ਜ਼ਿਆਦਾ ਜਿਸ ਤਰ੍ਹਾਂ ਗੜੇ ਪੈਣਗੇ ਜਾਂ ਬਹੁਤ ਜ਼ਿਆਦਾ ਬਾਰਿਸ਼ ਦੀ ਸੰਭਾਵਨਾ, ਮਤਲਬ ਲਾਈਟ ਟੂ ਮੋਡਰੇਟ ਜਿਹੜੀ ਰੇਨਫਾਲ ਹੈ ਉਹ ਜ਼ਰੂਰ ਹੋਣ ਦੀ ਸੰਭਾਵਨਾ ਹੈਗੀ ਹੈ। ਸੋ ਉਹਨੂੰ ਆਪਾਂ ਧਿਆਨ 'ਚ ਰੱਖਦੇ ਹੋਏ ਜਿਹੜੇ ਆਪਣਾ ਖੇਤੀ ਧੰਦੇ ਆ ਉਹ ਲਿਖਣੇ ਚਾਹੀਦੇ ਆ। ਦੇਖੋ 13 ਤੋਂ ਸ਼ੁਰੂ ਹੋ ਕੇ 15 ਤੱਕ ਇਹ ਜ਼ਰੂਰ ਰਹੇਗਾ ਇਹ ਜਿਹੜਾ ਸਿਸਟਮ ਹੈਗਾ। 14 ਨੂੰ ਜਿੱਦਾਂ ਉਹਦਾ ਇੰਪੈਕਟ ਜ਼ਿਆਦਾ ਹੈ, 15 ਨੂੰ ਕਾਫੀ ਘੱਟ ਜਾਏਗਾ। ਮਤਲਬ 13 ਸ਼ਾਮ ਨੂੰ ਸਟਾਰਟ ਹੋ ਕੇ 14 ਤੱਕ ਜ਼ਿਆਦਾ, 14 ਨੂੰ ਇਹਦਾ ਜ਼ਿਆਦਾ ਇਫੈਕਟ ਦੇਖਣ ਨੂੰ ਮਿਲ ਰਿਹਾ। ਬਟ ਇਹ ਹੈ ਕਿ ਆਪਾਂ ਕਿਸਾਨ ਵੀਰਾਂ ਨੂੰ ਇਹੀ ਸਲਾਹ ਦੇਵਾਂਗੇ ਕਿ ਜਿਹੜਾ ਇਹ ਕੋਈ ਵੀ ਪਾਣੀ ਉਹਨਾਂ ਨੇ ਕਿਸੇ ਫਸਲ ਨੂੰ ਲਾਉਣਾ ਉਹਨੂੰ ਰੋਕ ਲਿਆ ਜਾਏ, ਕਿਉਂਕਿ ਇਹ ਜਿਹੜਾ ਸ਼ੋਰ ਸ਼ੋਟ ਹੈਗਾ ਵੈਸੇ ਕਿ ਇਹ ਸਿਸਟਮ ਆ ਰਿਹਾ ਔਰ ਇਫੈਕਟ ਵੀ ਕਰੇਗਾ, ਅਤੇ ਜੇ ਪਾਣੀ ਲੱਗਿਆ ਹੋਏਗਾ ਤਾਂ ਫਸਲ ਨੂੰ ਜ਼ਿਆਦਾ ਨੁਕਸਾਨ ਹੋਊਗਾ। ਅਤੇ ਜਿਹੜੀ ਜਿਵੇਂ ਵੀ ਕੋਈ ਉਹਨਾਂ ਦੀ ਡਿਊ ਹੈਗੀ ਹੈ ਜਿਹੜੀ ਵੀ ਇਰੀਗੇਸ਼ਨ ਇਹਨਾਂ ਦਿਨਾਂ ਦੇ ਵਿੱਚ, ਉਹਨੂੰ ਹਲੇ ਹੋਲਡ ਕਰਕੇ ਪੋਸਟਪੋਨ ਕਰ ਦਿੱਤਾ ਜਾਏ, ਔਰ ਜਿਹੜਾ ਵੀ ਕੋਈ ਆਪਾਂ ਜਿਹੜੀ ਫਸਲ ਦੀ ਕਟਾਈ ਹੋ ਚੁੱਕੀ ਹੈ ਉਹਨੂੰ ਵੀ ਕਿਸੇ ਸੁਰੱਖਿਅਤ ਥਾਂ 'ਤੇ ਸੰਭਾਲਿਆ ਜਾਏ, ਅਤੇ ਜਿੱਥੇ ਬਾਰਿਸ਼ ਹੋ ਜਾਂਦੀ ਹੈ ਤਾਂ ਉੱਥੋਂ ਜਿਹੜਾ ਨਿਕਾਸ ਦਾ ਜ਼ਰੂਰ ਪ੍ਰਬੰਧ ਕੀਤਾ ਜਾਏ। ਹਾਂਜੀ ਦੇਖੋ, ਜਿਹੜੀਆਂ ਹੁਣ ਤੱਕ ਦੀਆਂ ਫੋਰਕਾਸਟ ਨੇ, ਕਿਉਂਕਿ ਇੱਕਦਮ ਜਦੋਂ ਵੈਦਰ ਕਲੀਅਰ ਹੁੰਦਾ, ਜਿਸ ਤਰ੍ਹਾਂ ਹੁਣ ਵੀ ਆਪਾਂ ਦੇਖਿਆ ਕਿ ਟੈਂਪਰੇਚਰਸ ਇੱਕਦਮ ਜਿਹੜੇ ਅਬਰਪਟਲੀ ਰਾਈਜ਼ ਹੋ ਰਹੇ ਨੇ, ਸੋ ਜਿਹੜੀਆਂ IMD ਵੱਲੋਂ ਪ੍ਰਡਿਕਸ਼ਨਸ ਨੇ ਜਿਹੜੀਆਂ ਲੌਂਗ ਟਰਮ ਪ੍ਰਡਿਕਸ਼ਨਸ ਨੇ, ਉਹਦੇ ਵਿੱਚ ਇਹੀ ਮਤਲਬ ਦਿਖਾਇਆ ਜਾ ਰਿਹਾ ਕਿ ਇਸ ਵਾਰੀ ਜਿਹੜੇ ਟੈਂਪਰੇਚਰਸ ਨੇ ਉਹ ਨੋਰਮਲ ਤੋਂ ਜ਼ਿਆਦਾ ਰਹਿਣਗੇ, ਅਤੇ ਹੀਟ ਵੇਵਸ ਦਾ ਇਫੈਕਟ ਵੀ ਜ਼ਿਆਦਾ ਦੇਖਣ ਨੂੰ ਮਿਲ ਸਕਦਾ। ਬਟ ਇਹ ਹੈ ਕਿ ਜਿਸ ਤਰ੍ਹਾਂ ਆਪਾਂ ਨੂੰ ਲੇਟੈਸਟ ਫੋਰਕਾਸਟ ਆਏਗੀ ਉਹਨੂੰ ਆਪਾਂ ਜ਼ਿਆਦਾ ਅਪਡੇਟ ਕਰ ਸਕਦੇ ਹਾਂ। ਜਿਵੇਂ ਲੌਂਗ ਟਰਮ ਦੀ ਆ ਰਹੀ ਹੈ ਪ੍ਰਡਿਕਸ਼ਨ, ਉਹਦੀ ਐਕੂਰੇਸੀ 50-60% ਤੱਕ ਜ਼ਰੂਰ ਹੁੰਦੀ ਹੈਗੀ ਹੈ, ਪਰ ਜਿਸ ਤਰ੍ਹਾਂ ਹੁਣ ਉਹਨਾਂ ਨੇ ਲੌਂਗ ਟਰਮ ਪ੍ਰਡਿਕਸ਼ਨਸ ਦੇ ਵਿੱਚ IMD ਨੇ ਪ੍ਰਿਡਿਕਟ ਕੀਤਾ ਹੈ ਕਿ ਜਿਹੜੀਆਂ ਗਰਮੀਆਂ ਇਸ ਵਾਰੀ ਕਾਫੀ ਸਵੀਅਰ ਹੋਣ ਦੀ ਸੰਭਾਵਨਾ ਹੈਗੀ ਹੈ, ਬਟ ਜ਼ਿਆਦਾ ਆਪਾਂ ਜਿਹੜਾ ਇਹਦਾ ਐਕੂਰੇਸੀ ਜੇ ਆਪਾਂ ਦੇਖਣੀ ਆ ਤਾਂ ਹਾਲੇ ਅਸੀਂ ਥੋੜ੍ਹਾ ਹੋਰ ਰੁਕ ਕੇ ਜਿਸ ਤਰ੍ਹਾਂ April ਲੰਘ ਗਏ ਉਸ ਤੋਂ ਬਾਅਦ ਇਹਦੀ ਜ਼ਿਆਦਾ ਪ੍ਰਡਿਕਸ਼ਨ ਦੇ ਚਾਂਸਿਸ ਨੇ। ਦੇਖੋ ਜੇ ਤਾਂ ਹੁਣ ਆਪਾਂ ਬਾਰਿਸ਼ ਦੀ ਗੱਲ ਕਰਦੇ ਹਾਂ ਕਿ ਵੈਸਟਰਨ ਡਿਸਟਰਬੈਂਸ ਸੀ, ਇਹਦੇ ਵਿੱਚ ਤਾਂ ਆਪਾਂ ਨੂੰ ਜਿਹੜੀ ਜ਼ਿਆਦਾ ਕਿਸਾਨ ਵੀਰਾਂ ਨੂੰ ਇਹਦੇ 'ਚ ਧਿਆਨ ਦੇਣ ਦੀ ਲੋੜ ਹੈਗੀ ਹੈ, ਕਿਉਂਕਿ ਜਿਹੜੀ ਫਸਲ ਹੈ ਉਹ ਆਪਣੇ ਪੱਕੇ ਮਤਲਬ ਕਾਫੀ ਜਿਹੜੀਆਂ ਆਪਣੀ ਹਾੜੀ ਦੀਆਂ ਫਸਲਾਂ ਨੇ। ਹਾਂਜੀ ਉਹੀ ਹੈ ਨਾ ਕਿ ਜਿਹੜੀਆਂ ਫਸਲਾਂ ਜਿਹੜੀਆਂ ਆਪਣੀਆਂ ਹਾੜੀ ਦੀਆਂ ਫਸਲਾਂ ਨੇ ਆਲਮੋਸਟ ਪੱਕ ਗਈਆਂ ਹੋਈਆਂ ਨੇ,
ਤੋ ਉਹ ਇਹ ਜ਼ਿਆਦਾ ਜਿਹੜਾ ਈਵੈਂਟ ਆ ਰਿਹਾ ਬਾਰਿਸ਼ ਵਾਲਾ, ਇਹ ਉਹਨੂੰ ਇਫੈਕਟ ਕਰ ਸਕਦਾ। ਇਸ ਕਰਕੇ ਇਹਨਾਂ ਇਸ ਵੇਲੇ ਜ਼ਰੂਰ ਧਿਆਨ ਰੱਖਣ ਦੀ ਲੋੜ ਹੈਗੀ ਹੈ। ਬਾਕੀ ਜੇ ਆਪਾਂ ਗਰਮੀ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਵੀ ਜਿਹੜੇ ਆਮ ਲੋਕ ਹੈ ਇਹ ਤਾਂ ਉਹ ਵੀ ਪ੍ਰਭਾਵਿਤ ਹੋ ਸਕਦੇ ਹੈ। ਅਤੇ ਆਪਾਂ ਨੂੰ ਚਾਹੀਦਾ ਹੈਗਾ ਕਿ ਜਦੋਂ ਗਰਮੀ ਦਾ ਮਤਲਬ ਇੱਕਦਮ ਜ਼ਿਆਦਾ ਆਪਾਂ ਨੂੰ ਇਫੈਕਟ ਦੇਖਣ ਨੂੰ ਮਿਲਦਾ, ਤਾਂ ਜਿਹੜਾ ਦਿਨ ਦੇ ਵੇਲੇ ਆਪਾਂ ਜਿਹੜਾ ਉਹ ਘਰੋਂ ਬਾਹਰ ਨਾ ਨਿਕਲਿਆ ਜਾਵੇ, ਅਤੇ ਆਪਾਂ ਸਵੇਰੇ ਸ਼ਾਮ ਹੀ ਜ਼ਿਆਦਾ ਜਿਹੜਾ ਆਪਣਾ ਬਾਹਰ ਦਾ ਕੰਮ ਹੈ ਉਹ ਕੀਤਾ ਜਾ ਸਕਦਾ। ਬਾਕੀ ਇਹ ਹੈ ਕਿ ਜਦੋਂ ਵੀ ਬਾਹਰ ਨਿਕਲਣਾ ਉਦੋਂ ਆਪਣਾ ਸਨਸਕ੍ਰੀਨ ਵਗੈਰਾ ਲਗਾ ਕੇ ਜਾਂ ਜਿਹੜਾ ਹੈਡ ਪੂਰਾ ਪ੍ਰੋਪਰ ਕਵਰ ਕਰਕੇ, ਤਾਂ ਕਿ ਜਿਹੜਾ ਹੀਟ ਸਟ੍ਰੋਕ ਦਾ ਇਫੈਕਟ ਆ ਉਹ ਨਾ ਆ ਸਕੇ।